कोई खलारा नहीं कोई नहीं कोई नहीं कूड़ा सुटन पर मैं कड के सुट के हुना ना कूड़ा बाहर हूं मेरे भरा की बेइज्जती कर दी मैं चुक दी चलो थोड़ा चुको सुटो तो सारा कूड़ा डस्टबिन पाई दा गुड बच्चे जे ते पर तुम जे एवं काम कर लगे तो फिर मैं मिर्चा गर्मी बड़ी मेनू घबरा गर्मी गर्मी आई डर चला गया मम्मा ने नाल ना जगरूप गए हुए ड्यूटी अज है संडे ते भाजी होनी घरे ने अज प्रभ करे आ मथे मखी बैठी लगन दे जिवें बिंदी लाई हुंदी काली नहीं दिखन दी पटकी ना मैं इदा ही जाना जे जाना मैं कैमरामैन है मेनू केड़ा वेखना किसी ने वीडियो नु क्यों नहीं वेखना सारे वेखदे आ सारे व्यूअर्स तेनू बहुत प्यार करदे आ ठीक है ते तुसी वीडियो च अगे वधण तो पहला प्लीज वीडियो नु लाइक कर दो शेयर कर दो ते चैनल नु सब्सक्राइब करना बिल्कुल ना भुल्लो ते कमेंट करके अपना रिव्यू जरूर दियो कि तुहानू अपनी वीडियो किवें दी लगी उधर सुनोई दिखा के बड़ी लड़ाई ऐदा होंदी रहंदी है खलारा पाया फिर मम्मी ते चुकदा ਸਾਡੀ ਲੜਾਈ ਹੋ ਗਈ ਹੈ ਸਾਡੀ ਦੋਵਾਂ ਦੀ ਲੜਾਈ ਹੁੰਦੀ ਰਹਿੰਦੀ ਆ ਆ ਚੀਜ਼ਾਂ ਚੁੱਕਦੀ ਏ ਨਾ ਮੁੱਕੀ ਆਉਂਦੇ ਨੇ ਸੁਣੋਈ ਨੇ ਸਾਰਾ ਕੰਮ ਕੀਤਾ ਹੋਵੇ ਤੈਨੂੰ ਪਤਾ ਵੀ ਉਹ ਬਾਅਦ ਚ ਸੁਣਿਆ ਤੇ ਚੜ੍ਹ ਜਾ ਇਹਨੂੰ ਬੰਨ ਕੇ ਜਾਣਾ ਠੀਕ ਆ ਤੈਨੂੰ ਬੰਨ ਕੇ ਜਾਣਾ ਇਹਦਾ ਜਦੋਂ ਪਟਾ ਲੈ ਕੇ ਆਉਣਾ ਨਿਊ ਨਿਊ ਮੈਂ ਬੋਲਣੀ ਨਹੀਂ ਮੇਰੇ ਮੂੰਹ ਤੇ ਕਰਦੇ ਤਾਂ ਠੀਕ ਹੋ ਗਿਆ ਬੜੀ ਜਿਹੀ ਬੁੱਧੀ ਹੁੰਦੀ ਪਰ ਵੀ ਨਿਕਾ ਜਾ ਪ੍ਰਨੀਤ ਜਾਂ ਤੇਰੇ ਵੀ ਡਾ ਕੋਈ ਇਦਾਂ ਹੀ ਬਣਾਉਂਦਾ ਹੈ ਤੇ ਅੱਜ ਆਪਾਂ ਇਹਦਾ ਪਟਾ ਵੀ ਲੈ ਕੇ ਆਉਣਾ ਪ੍ਰਭਾ ਠੀਕ ਹੈ ਇਹ ਨਾ ਪਟੇ ਤੋਂ ਬਿਨਾਂ ਇਹਨੂੰ ਬੰਨਿਆ ਨਹੀਂ ਜਾਂਦਾ ਕਿਉਂਕਿ ਇਹ ਰੱਸੀ ਨਹੀਂ ਨਾ ਰੱਸੀ ਜਿਹੜੀ ਆ ਉਹ ਕੱਲੀ ਨਹੀਂ ਨਾ ਪੈਂਦੀ ਤੇ ਇਸ ਕਰਕੇ ਫਿਰ ਅੱਜ ਦਾ ਪਟਾ ਵੀ ਲੈ ਕੇ ਆਵਾਂਗੇ ਆਪਾਂ ਆ ਇਦਾਂ ਫਿਰ ਮੈਨੂੰ ਵਿੱਚ ਵਿੱਚ ਬ੍ਰਹਮ ਨਿਕਾ ਨਿਕਾ ਖਲਾਰ ਆ ਜਾ ਉਹ ਤਾਂ ਚੁੱਕਣਾ ਔਖਾ ਹੁੰਦਾ ਨਾ ਤੈਨੂੰ ਵੀ ਤੇ ਆਪਾਂ ਬਾਅਦ ਚ ਚੁੱਕ ਦਾਂਗੇ ਮੈਂ ਜਾਂ ਚੁੱਕ ਦਿੰਨੇ ਆ ਹੁਣ ਜੇ ਮਾਮੂ ਨਹੀਂ ਆਉਂਦੇ ਆ ਉਹ ਚੁੱਕੋ ਵੀ ਤੇ ਆਪਾਂ ਨੂੰ ਆ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਨੂੰ ਇੱਕ ਵਿਆਹ ਵੀ ਆ ਇੱਕ ਨਹੀਂ ਦੋ ਹਾਂ ਅੱਜ ਦੋ ਵਿਆਹ ਹੈ
ਇੱਕ 29 ਨੂੰ ਤੇ ਇੱਕ 30 ਨੂੰ ਹਾਂ ਇੱਕ ਹੈਗਾ 29 ਨੂੰ ਇੱਕ ਹੈਗਾ 30 ਨੂੰ ਫਿਰ 30 ਨੂੰ 29 ਵਾਲਾ ਜਾਣਾ ਪ੍ਰਭ ਚੋਕਲ ਪੁੱਤ ਮੈਂ ਜਾਊਂਗਾ 29 ਨੂੰ ਮੈਂ ਤੇ ਪ੍ਰਭ ਜਾਵਾਂਗੇ ਸ਼ਾਇਦ ਹੋ ਸਕਦਾ ਹਨਾ ਆਪਾਂ ਦੋਵੇਂ ਜਾਵਾਂਗੇ ਤੇ 30 ਨੂੰ ਮੈਂ ਤੇ ਜਗਰੂਪ ਜਾਵਾਂਗੇ ਕਿਉਂਕਿ ਉਧਰ ਇਸ ਦੇ ਸਕੂਲ ਆ ਛੁੱਟੀ ਨਹੀਂ ਹੈਗੀ ਮੰਡੇ ਆ ਤੇ ਆਹ ਵਾਲੇ ਕੱਪੜੇ ਇਹ ਆਣ ਕੇ ਸੈਟਿੰਗ ਕਰਦੇ ਆ ਇਹਨੂੰ ਇੱਥੇ ਰਹਿਣ ਦੇਗੇ पूरा लत नू जफी पा लेंदी आ तां खड़ी होके चल मन पुत दस्तार फिर आप चली सुने ਸੋਨੇ ਚੱਲ ਆਪਾਂ ਦਸਤਾਰ ਬੰਨ ਫਿਰ ਆਪਾਂ ਚੱਲੀਏ ਚਲੋ ਜੀ ਹੁਣ ਪ੍ਰਭ ਵੀ ਰੈਡੀ ਚਲੋ ਜੀ ਹੁਣ ਪ੍ਰਭ ਵੀ ਰੈਡੀ ਹੋ ਜੇ ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਤੱਕ ਓਕੇ ਰੈਡੀ ਹੋ ਵੀਰ ਜੀ ਆਹ ਦੋ ਕਰ ਦੋ ਇੱਕ ਆਹ ਵਾਲਾ ਤੇ ਇੱਕ ਉਹ ਗ੍ਰੀਨ ਵਾਲਾ ਇੱਕ ਆਹ ਕਰ ਦੋ 5 ਮੀਟਰ नहीं पता तो रोच ਆ ਜਿਹੜੇ ਵੀਰ ਜੀ ਇੱਥੇ ਸੂਟ ਪਏ ਆ ਵਾਲੇ ਚ ਇਹਨਾਂ ਚ ਦੇਖ ਆ ਕਿਹੜੇ ਸੂਟ ਆ ਵਾਲੇ ਇੱਥੇ ਮੈਂ ਅੰਕਲ ਜੀ ਦੇ ਲਾਗੇ ਬੈਠ ਕੇ ਉਹਨਾਂ ਤੋਂ ਕਰਾਉਂਦੀ ਪਈ ਸੀਗੀ ਬਿੱਲ ਅਤੇ ਬਿੱਲ ਨੂੰ ਅੱਗੇ ਜੇ ਟਾਈਮ ਲੱਗਣਾ ਸੀਗਾ ਅਤੇ ਕਸਟਮਰ ਹੋਰ ਵੀ ਸੀਗੇ ਅਤੇ ਇਸ ਕਰਕੇ ਮੈਂ ਬੈਠ ਗਈ ਉਹਨਾਂ ਦੇ ਟੇਬਲ 'ਤੇ ਅਤੇ ਫਿਰ ਅੱਗੇ ਆਪਾਂ ਚੱਪਲ ਵਾਲੀ ਦੁਕਾਨ 'ਤੇ ਮੈਂ ਲੈਣੀ ਸੀਗੀ ਚੱਪਲ ਮੇਰੀ ਜਿਵੇਂ ਕਿ ਤੁਸੀਂ ਦੇਖ ਸਕਦੇ ਘਰ ਇੱਕ ਚੱਪਲ ਜਿਹੜੀ ਸੀਗੀ ਮੇਰੀ ਉਹ ਖਰਾਬ ਹੋ ਚੁੱਕੀ ਸੀਗੀ ਸਲੋਈ ਨੇ ਖਰਾਬ ਕਰਤੀ ਸੀਗੀ ਅਤੇ ਫਿਰ ਆਪਾਂ ਸ਼ੋਪ 'ਤੇ ਆ ਗਏ ਇੱਥੋਂ ਆਪਾਂ ਲਈ ਚੱਪਲ ਅਤੇ ਚੱਪਲ ਖਰੀਦਣ ਵਾਸਤੇ ਮੈਨੂੰ ਲੱਗਾ ਬਹੁਤ ਜ਼ਿਆਦਾ ਟਾਈਮ ਕਿਉਂਕਿ ਚੱਪਲ ਤੁਹਾਨੂੰ ਪਤਾ ਮੇਰੇ ਲਈ ਸਿਲੈਕਟ ਕਰਨਾ ਕਿੰਨਾ ਟਫ ਹੁੰਦਾ ਹੈ ਚੱਪਲ ਮੈਨੂੰ ਬਿਲਕੁਲ ਇੱਕਦਮ ਟਾਈਟ ਚਾਹੀਦੀ ਹੁੰਦੀ ਆ ਤਾਂ ਜੋ ਮੇਰੇ ਜਿਹੜੇ ਆ ਪੈਰ ਦੀ ਗ੍ਰਿਪ ਚੰਗੀ ਤਰ੍ਹਾਂ ਬਣ ਸਕੇ Thank you.
ਲੋ ਗਾਇਸ ਦੁਪਹਿਰ ਦੇ ਵੱਜ ਗਏ ਨੇ 1:30 ਹੋ ਗਏ ਨੇ ਤੇ ਹੁਣ ਆਪਾਂ ਆ ਗਏ ਸੀਗੇ ਘਰ ਤੇ ਸ਼ਾਪਿੰਗ ਜਿਹੜੀ ਆਪਾਂ ਕਰਨੀ ਸੀ ਕਰੇ ਮੈਂ ਆਪਣੇ ਵਾਸਤੇ ਸ਼ਾਪਿੰਗ ਕੁਛ ਨਹੀਂ ਕੀਤੀ ਸਿਰਫ ਇੱਕ ਜਗਰੂਪ ਦੀ ਪੱਗ ਲੈ ਕੇ ਆਉਣੀ ਸੀਗੀ ਡਿਊਟੀ ਵਾਸਤੇ ਬਲੈਕ ਤੇ ਉਹ ਪੱਗ ਲਿਆਂਦੀ ਤੇ ਇੱਕ ਮੈਂ ਆਪਣੇ ਲਈ ਚੱਪਲ ਲਿਆਂਦੀ ਘਰੇ ਵੇਅਰ ਕਰਨ ਵਾਸਤੇ ਕਿਉਂਕਿ ਮੇਰੀ ਨਾ ਚੱਪਲ ਹੋ ਗਈ ਸੀਗੀ ਖਰਾਬ ਇਹਦਾ ਦੇਖੋ ਆਹ ਵਾਲੀ ਚੱਪਲ ਜਿਹੜੀ ਆ ਮੈਂ ਲੈ ਕੇ ਆਈ ਹਾਂ ਤੇ ਕਿਉਂਕਿ ਮੈਨੂੰ ਚੱਪਲ ਜਿਹੜੀ ਆ ਚੱਪਲ ਮੈਨੂੰ ਉਹ ਚਾਹੀਦੀ ਹੁੰਦੀ ਆ ਕਿ ਜਿਹੜੀ ਮਤਲਬ ਕਿ ਮੇਰੇ ਪੈਰ ਨੂੰ ਪੂਰਾ ਟਾਈਟ ਗ੍ਰਿਪ ਦੇਵੇ ਕਿਉਂਕਿ ਤੁਹਾਨੂੰ ਪਤਾ ਇੱਕ ਪੈਰ ਮੇਰਾ ਵੀਕ ਹੋਣ ਦਾ ਕਰਕੇ ਨਾ ਤੇ ਫਿਰ ਮੇਰੇ ਜਿਹੜੇ ਪੈਰ ਦੀ ਗ੍ਰਿਪ ਬਣਾ ਉਹ ਬਣਦੀ ਨਹੀਂ ਆ ਕਿਉਂਕਿ ਵੀਕ ਆ ਇਹ ਨਾ ਬਿਲਕੁਲ ਮਤਲਬ ਕਿ ਗ੍ਰਿਪ ਨਹੀਂ ਬਣਾਉਂਦਾ ਤੇ ਇਸ ਕਰਕੇ ਇਸ ਪੈਰ ਨੂੰ ਚਾਹੀਦੀ ਹੁੰਦੀ ਆ ਮੇਰੇ ਇਹਨੂੰ ਚੱਪਲ ਕਿ ਜਿਹੜੀ ਬਿਲਕੁਲ ਟਾਈਟ ਹੋਵੇ ਤੇ ਇਹਦੇ ਤੋਂ ਕਿਸੇ ਵੀ ਸਾਈਡ ਦੇ ਨੂੰ ਮਤਲਬ ਕਿ ਫਿਸਲੇ ਨਾ ਨਿਕਲੇ ਨਾ ਤੇ ਇਸ ਕਰਕੇ ਮੈਨੂੰ ਟਾਈਟ ਜਿਹੀ ਚੱਪਲ ਲੈਣੀ ਪੈਂਦੀ ਆ ਤੇ ਉੱਥੇ ਚੱਪਲ ਖਰੀਦੀ ਆਪਾਂ ਤੇ ਬਾਕੀ ਜਿਹੜੀ ਸ਼ੋਪਿੰਗ ਸਾਰੀ ਕੀਤੀ ਸੀਗੀ ਉਹ ਮੰਮੀ ਹੋਣਾਂ ਵਾਸਤੇ ਕੀਤੀ ਸੀਗੀ ਮੰਮੀ ਨੇ ਸੂਟ ਮੰਗਵਾਏ ਸੀਗੇ ਤੇ ਉਹਨਾਂ ਦੇ ਸੂਟ ਲੈਣ ਗਈ ਸੀਗੀ ਇੱਕ ਸਿਸਟਰ ਦੇ ਸੂਟ ਲੈਣ ਗਈ ਸੀਗੀ ਸਿਸਟਰ ਨੇ ਵੀ ਮੰਗਵਾਏ ਸੀਗੇ ਤੇ ਮੈਂ ਆਪਣੇ ਲਈ ਕੋਈ ਸੂਟ ਨਹੀਂ ਲੈ ਕੇ ਆਈ ਬਸ ਮੈਂ ਆਪਣੇ ਲਈ ਇਹੀ ਚੱਪਲ ਲੈ ਕੇ ਆਈ ਹਾਂ ਤੇ ਇੱਕ ਮੈਚ ਕੂਟ ਦੀ ਪੱਗ ਲੈ ਕੇ ਆਈ ਹੋਰ ਕੁਛ ਨਹੀਂ ਲਿਆਂਦਾ ਤੇ ਚਲੋ ਗਾਈਸ ਹੁਣ ਆਪਾਂ ਕਰ ਲਈਏ ਰੈਸਟ ਤੇ ਵਾਲ ਵੇਖੋ ਕਿੱਦਾਂ ਸਕੂਟੀ ਤੇ ਉੱਡ ਕੇ ਕਿੱਦਾਂ ਦੇ ਹੋ ਗਿਆ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਤੱਕ ਓਕੇ ਨਿਊਡਲ ਕਦੀ ਕਦੀ ਖਾਣਾ ਚਾਹੀਦਾ ਵਾ ਇਹੋ ਜਿਹੀਆਂ ਚੀਜ਼ਾਂ ਡੇਲੀ ਨਹੀਂ ਖਾਣੀਆਂ ਚਾਹੀਦੀਆਂ ਤੇ ਅੱਜ ਅਸੀਂ ਆਪਾਂ ਵਾਹਵਾ ਟਾਈਮ ਬਾਅਦ ਖਾਣ ਲੱਗੇ ਨਾ ਪ੍ਰਭ ਮਹੀਨਾ ਹੋ ਗਿਆ ਵਾਹਵਾ ਟਾਈਮ ਹੀ ਹੋ ਗਿਆ ਮੈਨੂੰ ਲੱਗਦਾ ਖਾਧਿਆਂ ਨੂੰ ਤੇ ਅੱਜ ਅਸੀਂ ਚਲੋ ਮੈਂ ਕਿਹਾ ਚੱਲ ਕੋਈ ਨੀ ਬੱਚਿਆਂ ਦੀ ਇਹੋ ਜਿਹੀ ਖੁਆਇਸ਼ ਜਿਹੜੀ ਕਦੀ ਕਦਾਈ ਪੂਰੀ ਕਰ ਦੇਣੀ ਚਾਹੀਦੀ ਪਰ ਇਹ ਆਦਤ ਨਹੀਂ ਹੈਬਿਟ ਨਹੀਂ ਬਣਾਉਣੀ ਚਾਹੀਦੀ ਕਿ ਹਾਂ ਆਪਾਂ ਦੂਜੇ ਤੀਜੇ ਦੇਣੀ ਖਾਣ ਲੱਗ ਪਈਏ ਖਾਣ ਲੱਗ ਪਈਏ ਕਿ ਓਕੇ ਗਰਮ ਗਰਮ ਨਿਊਡਲ ਹੈਗੇ ਗਰਮ ਗਰਮ ਉੱਪਰ ਕਰ ਮਾੜਾ ਜਿਹਾ ਉੱਪਰ ਨੂੰ ਕਰਨਾ ਚਲੇ ਕਰ ਲੈਗਾ ਹਾਂ ਨਿਊਡਲ ਹੈਗੇ ਇਕਦਮ ਗਰਮ ਗਰਮ ਆ ਜਾਓ ਜੀ ਖਾ ਲਓ ਤੁਸੀਂ ਵੀ ਸਾਡੇ ਨਾਲ ਸਾਰੇ ਜਣੇ ਨਿਊਡਲ ਤੇ ਨਾਲ ਪੀਓ ਚਾਹ ਤੇ ਮੌਸਮ ਵੇਖੋ ਅੱਜ ਬਾਹਰ ਮੌਸਮ ਦਿਖਾ ਗਿਆ ਬਰਾ ਕੋ ਪੂਰਾ ਠੰਡ ਵਾਲਾ ਮੌਸਮ ਹੋਇਆ ਪਿਆ ਅੱਜ ਅਸੀਂ ਐਦਾਂ ਬੁਆ ਮਾਲ ਲੈਨੇ ਜਣੇ ਨੂੰ ਦਿਨੇ ਚੋਰ ਪੈਣ ਲੱਗੇ ਤੇ ਬਾਹਰ ਮੌਸਮ ਅੱਜ ਐ ਪੂਰਾ ਜਿਵੇਂ ਨਾ ਠੰਡ ਦੇ ਵਿੱਚ ਮੌਸਮ ਨਹੀਂ ਹੁੰਦਾ ਉਦਾਂ ਦਾ ਮੌਸਮ ਹੋਇਆ ਪਿਆ ਥੋੜਾ ਠਾਂ ਕਰਕੇ ਤੇ ਬੜਾ ਵਧੀਆ ਮੌਸਮ ਆ ਤੇ ਠੰਡੇ ਠੰਡੇ ਮੌਸਮ ਦੇ ਵਿੱਚ ਥੋੜਾ ਠਾਂ ਗਰਮ ਗਰਮ ਨਿਊਡਲ ਠੰਡੇ ਠੰਡੇ ਮੌਸਮ ਦੇ ਵਿੱਚ ਗਰਮ ਗਰਮ ਨਿਊਡਲ ਤੇ ਆ ਜਾਓ ਨਾਲ ਪੀਏ ਗਰਮ ਗਰਮ ਚਾਹ ਤੇ ਤੁਸੀਂ ਵੀ ਨਾਲੇ ਸਾਡਾ ਵਲੌਗ ਦੇਖੋ ਤੇ ਨਾਲ ਤੁਸੀਂ ਵੀ ਜੋ ਵੀ ਤੁਹਾਡਾ ਦਿਲ ਕਰਦਾ ਖਾਓ ਪੀਓ ਤੇ ਨਾਲ ਪੀਓ ਚਾਹ ਤੇ ਇਹ ਮਜ਼ਾ ਆ ਜਾਏਗਾ ਤੇ ਚਲੋ ਜੀ ਅਸੀਂ ਹੁਣ ਲੱਗੇ ਹਾਂ ਖਾਣ ਤੇ ਮਿਲਦੇ ਹਾਂ ਆਪਾਂ ਤੁਹਾਨੂੰ ਥੋੜ੍ਹੀ ਦੇਰ ਤੱਕ ਠੀਕ ਆ